ਜਤਿੰਦਰ ਜੀ ਆਪਣੇ ਨਾਲ ਜੁੜੇ ਨੇ। ਹਾਂਜੀ ਜਤਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਭਾਈ। ਮੈਂ ਗੱਲ ਕਰਨੀ ਸੀ ਬ੍ਰੋਕਰਾਂ ਦੀ, ਮਤਲਬ ਕਿ ਕਿੱਥੇ ਤੱਕ ਨੀਚ ਹੋ ਗਏ ਬ੍ਰੋਕਰ। ਲਾਸਟ ਵੀਕ ਮੈਂ ਟਰੱਕ ਪੋਸਟ ਕੀਤਾ, ਜਿੱਦਾਂ ਮੈਨੂੰ ਕਾਲ ਆਈ ਕਿ ਇੱਥੋਂ ਇੱਥੇ ਲੋਡ ਜਾਂਦਾ ਆ ਆਪਣੇ ਕੈਲੀਫੋਰਨੀਆ ਤੋਂ ਟੈਕਸਸ, ਬਈ ਤੂੰ ਕਿੰਨੇ ਦਾ ਕਰ ਸਕਦਾ? ਮੈਂ ਭਾਜੀ ਉੱਥੋਂ 45 ਮੰਗਿਆ ਨਾ, ਮੈਨੂੰ ਕਹਿੰਦਾ ਵੀ ਮੈਂ 42 ਜਾਂ 43 ਦੇ ਸਕਦਾ। ਚਲੋ ਫਿਰ ਮੇਰੇ ਨਾਲ 45 ਤੇ ਆ ਗਿਆ ਹਨਾ, ਤੇ ਮੈਨੂੰ ਕਹਿੰਦਾ ਮੈਂ ਤੈਨੂੰ ਵਿਦ ਇਨ 5-10 ਦੇ ਮਿੰਟ ਦੇ ਵਿੱਚ ਤੈਨੂੰ ਨਾ ਰੇਟ ਕੌਮ ਭੇਜਦਾ। ਮੈਂ ਵੇਟ ਕਰਦਾ ਰਿਹਾ ਭਾਜੀ, 10-15 ਮਿੰਟ ਬਾਅਦ ਮੈਨੂੰ ਕਾਲ ਆਉਂਦੀ ਆ, ਕਹਿੰਦਾ ਮੇਰੇ ਕੋਲ $4,300 ਦੀ ਆਫਰ ਆ, ਤੂੰ ਦੇਖ ਲਾ ਜੇ ਤੂੰ 42-50 ਨੂੰ ਜਾਣਾ। ਜਦਕਿ ਉਹਨੇ ਪਹਿਲਾਂ ਵੀ 1,000-1,500 ਜੇਬ ਚ ਪਾਇਆ ਹੋਣਾ, ਤੇ ਬਾਅਦ ਵਿੱਚ 250 ਫੇਰ ਕੋਸ਼ਿਸ਼ ਕਰ ਰਿਹਾ ਆਪਣੀ ਜੇਬ ਚ ਪਾਉਣ ਦੀ, ਮੇਰੇ ਨਾਲ ਰੇਟ ਕਰਕੇ ਸਾਰਾ ਕੁਛ ਕਰਕੇ ਮੁੜ ਕੇ ਮੈਨੂੰ ਕਹਿ ਰਿਹਾ ਵੀ ਤੂੰ 250 ਲੈਸ ਜੇ ਜਾਣਾ ਹੋਰ ਤੂੰ ਦੇਖ ਲਾ। ਮਤਲਬ ਕਿ ਆਪਾਂ ਇਹ ਗੱਲ ਕਰਨੀ ਆ ਵੀ ਥੋੜਾ ਜਿਹਾ ਰੇਟ ਦੇਖ ਕੇ ਚੱਕੀ ਆਪਾਂ ਸਾਰੇ ਵੀਰ, ਆਪਾਂ ਘੱਟ ਔਫਰਾਂ ਨਾ ਦੇਈਏ ਟੈਕਸਸ ਨੂੰ। ਤਾਂ ਜੇ ਤੁਸੀਂ 45 ਨੂੰ ਵੀ ਜਾਂਦੇ ਆ ਮੇਰੇ ਹਿਸਾਬ ਨਾਲ ਤੁਹਾਨੂੰ ਨਹੀਂ ਸਹੀ ਬੈਠੂਗਾ, ਕਿਉਂਕਿ ਵਾਪਸੀ ਨਹੀਂ ਹੈਗੀ ਹੈ ਨਾ ਟੈਕਸਸ ਤੋਂ। 2 ਦਿਨ ਹੋ ਗਿਆ ਮੁੰਡਾ ਫਸੇ ਨੂੰ, ਟੈਕਸਸ ਗਿਆ ਮੇਰਾ ਫਰੈਂਡ, 2 ਦਿਨ ਹੋ ਗਿਆ ਉਹਨੂੰ ਫਸੇ ਨੂੰ। ਥੋੜਾ ਜਿਹਾ ਰੇਟ ਆਪਣੇ ਵੀਰ ਸਾਰੇ ਧਿਆਨ ਨਾਲ ਚੱਕਣ ਯਾਰ, ਕਿਉਂ ਰੋਡ ਆਪਾਂ ਹੀ ਚੱਕਣੇ ਨੀ, ਕਿਹੜਾ ਆਪਣੇ ਟਰੱਕ ਲਿਆਣੇ ਹਨਾ ਜੀ। ਬਿਲਕੁਲ, ਧੰਨਵਾਦ ਤੁਹਾਡਾ। ਬਿਲਕੁਲ ਸਰੋਤੇ, ਸੋ ਅਵੀ ਜੀ ਵੀ ਬਹੁਤ ਵਾਰ ਇਸ ਇਸ਼ੂ ਦੇ ਉੱਤੇ ਗੱਲਬਾਤ ਕਰਦੇ ਰਹਿੰਦੇ ਆ ਸਾਡੇ ਸਰੋਤੇ ਜਿਹੜੇ ਆ, ਲਗਭਗ ਹਰ ਵੀਕ ਉਹ ਦੱਸਦੇ ਆ ਵੀ ਭਾਈ ਇੱਥੇ ਆਹ ਲੋੜ ਏਦਾਂ ਆ, ਨਾ ਚੱਕੋ ਸਸਤੇ। ਪਰ ਹੁਣ ਇਹਦੇ ਚ ਆਪਾਂ ਬ੍ਰੋਕਰ ਦਾ ਵੀ ਕਸੂਰ ਨੀ ਕੱਢ ਸਕਦੇ, ਕਿਉਂਕਿ ਜੇ ਉਹਨੂੰ ਮਿਲ ਰਹੇ ਆ, ਪਰ ਇੱਕ ਪਾਸੇ ਜਵਾਨ ਵੀ ਹੁੰਦੇ ਆ, ਪਰ ਦੇਖਦੇ ਬਾਕੀ ਜਿਹੜੇ ਸਰੋਤੇ ਜਿਹੜੇ ਆ ਜਵਾਨ ਹੈਗੇ ਆ। ਹਾਂਜੀ, ਜਵਾਨ ਤੇ ਟਿਕੇ ਰਹਿੰਦੇ ਆ। ਹਾਂਜੀ ਗੰਦੇ ਰੇਟ ਹੁੰਦੇ ਆ। ਮੈਂ ਤਾਂ 3 ਸਾਲ ਚ ਇਹਨਾਂ ਦਾ ਲੋਡ ਹੀ ਨੀ ਲਾਇਆ ਹਾਲੇ ਵੀ, ਤੇ ਪਹਿਲਾ ਲੋਡ ਚੱਕਣਾ ਸੀ, ਪਹਿਲੇ ਲੋਡ ਨੂੰ ਵੀ ਏਦਾਂ ਕੀਤੇ। ਹੁਣ ਕਾਲ ਕਰਦਾ ਹੁੰਦਾ ਮੈਂ ਕਿਹਾ ਤੁਹਾਡਾ ਲੋਡ ਹੀ ਨੀ ਚੱਕਣਾ ਬਾਈ, ਤੁਸੀਂ ਜਵਾਨ ਤੇ ਨੀ ਖੜ ਸਕਦੇ, ਤੁਸੀਂ ਔਨ ਟਾਈਮ ਟਰੱਕ ਗਿਆ ਕੈਂਸਲ ਕਰ ਦੋਗੇ ਲੋਡ, ਮੈਂ ਕਿੱਧਰ ਨੂੰ ਜਾਊਂਗਾ ਹਨਾ। ਆਪਣੇ ਵਿਚਾਰ ਦਿਓ ਵੀ ਕੀ ਕਰ ਸਕਦੇ ਆ ਤਾਂ ਕਿ ਜਿਹੜੇ ਇਸ ਬਿਜ਼ਨਸ ਦੇ ਵਿੱਚ ਆ ਉਹ ਘਾਟਾ ਨਾ ਖਾਣ, ਧੋਖਾ ਨਾ ਖਾਣ, ਤੇ ਇੱਕ ਦੂਜੇ ਦੀ ਜਿਹੜੀ ਹੈਲਪ ਹੋ ਸਕੇ। ਇੱਕ ਹਰਜੋਤ ਸਿੰਘ ਜੀ, ਇਸ ਪੂਰੇ ਮਾਮਲੇ ਚ ਵੀ ਜਿਹੜੀ ਗੱਲ ਆ ਨਾ ਵੀ ਆਪਾਂ ਜਿਹੜੇ ਮਾਡਲ ਦੇ ਵਿੱਚ ਆ, ਇੱਥੇ ਬਿਜ਼ਨਸ ਦੇ ਜਿਹੜੇ ਮਾਡਲ 'ਚ ਆ, ਹਰ ਇੱਕ ਨੂੰ ਆਪੋ ਤਾਂ ਆਪਦੀ ਪਈ ਆ। ਖਾਸ ਕਰਕੇ ਜਿਹਨੂੰ ਆਦਤ ਪੈ ਜਾਂਦੀ ਹੈ ਜ਼ਿਆਦਾ ਵੀ ਆਪਣੀ ਕਮਾਈ ਸੋਹਣੀ ਹੋ ਜਾਂਦੀ ਆ, ਓਬਵੀਅਸਲੀ ਸਾਰਿਆਂ ਨੇ ਕਮਾਉਣ ਨੂੰ ਬੈਠੇ ਆ, ਪਰਸੈਂਟੇਜਾਂ ਦੇ ਵਿੱਚ ਦੇ ਹਿਸਾਬ ਦੇ ਨਾਲ ਹੀ ਸਾਰੇ ਜਣੇ ਲੱਗੇ ਆ। ਜਿਹਨੂੰ ਜਿੱਥੇ ਫਾਇਦਾ ਲੱਗਦਾ ਅਗਲੇ ਦੀ ਉਹ ਸੋਚਦਾ ਨਹੀਂ ਆ, ਉਹ ਇਹੀ ਕਰਦਾ ਵੀ ਹਾਂ ਹੋਰ ਘੱਟ 'ਚ। ਅਤੇ ਜਿੱਦਾਂ ਤੁਸੀਂ ਕਿਹਾ ਜੋ ਅਸੀਂ, ਪ੍ਰੋਬਲਮ ਇਹ ਵੀ ਆ ਵੀ ਅਸਲ 'ਚ ਉਹਨਾਂ ਨੂੰ ਅਵੇਲੇਬਿਲਿਟੀ ਮਿਲ ਜਾਂਦੀ ਆ, ਲੋਕ ਘੱਟ ਤੋਂ ਘੱਟ ਪ੍ਰਾਈਸ ਦੇ ਉੱਤੇ ਚੱਕਣ ਨੂੰ ਰੈਡੀ ਜਿਹੜੇ ਉਹ ਹੋ ਜਾਂਦੇ ਆ, ਇਸ ਲਈ ਉਹ ਦਾਣਾ ਸਿੱਟ ਕੇ ਵਹਿੰਦੇ ਹੀ ਵਹਿੰਦੇ ਆ, ਉਹ ਕਰਦੇ ਹੀ ਕਰਦੇ ਆ, ਉਹ ਟਰਾਈ ਕਰਦੇ ਹੀ ਕਰਦੇ ਆ ਵੀ ਹਾਂ ਭਾਈ ਹੋਰ ਘੱਟ ਹੋ ਜਾਵੇ, ਹੋਰ ਆਪਾਂ ਨੂੰ ਫਾਇਦਾ ਹੋ ਜਾਵੇ, ਇਹ ਚੀਜ਼ ਜਿਹੜੀ ਉਹਨਾਂ ਦੀ ਕੋਸ਼ਿਸ਼ ਜਿਹੜੀ ਹਮੇਸ਼ਾ ਰਹਿੰਦੀ ਆ। ਸੋ ਉਹਦੇ ਕਰਕੇ ਫਿਰ ਆਪਾਂ ਨੂੰ ਇੱਦਾਂ ਦੀਆਂ ਜਿਹੜੀਆਂ ਦਿੱਕਤਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈਂਦਾ ਆ। ਸੋ ਉਦਾਂ ਗੱਲ ਤਾਂ ਬਹੁਤ ਵਾਰੀ ਕੀਤੀ ਵੀ ਇੱਕ ਜਿਹੜੀ ਇਹ ਚੀਜ਼ ਵੀ ਆ ਜਾਂਦੀ ਹੈ ਨਾ ਆਪਣੇ ਸਾਰਿਆਂ ਦੇ ਵਿੱਚ
ਜਾਂ ਸਾਰੇ ਜਣੇ ਵੀ ਕਹਿਣ ਲੱਗ ਜਾਂਦੇ ਵੀ ਇੱਕ ਰੇਟ ਸੈੱਟ ਕਰ ਲੈਣੇ ਚਾਹੀਦੇ, ਪਰ ਉਹ ਹੁੰਦਾ ਨਹੀਂ ਕਦੀ ਵੀ ਓਪਨ ਮਾਰਕੀਟ ਦੇ ਵਿੱਚ, ਇਹ ਚੀਜ਼ ਇੰਪੋਸੀਬਲ ਆ ਅਤੇ ਨਾ ਹੀ ਇਹ ਕਦੀ ਹੋਣੀ ਆ। ਉਸ ਦੇ ਉੱਤੇ ਜ਼ੋਰ ਲਾਉਣ ਦੀ ਬਜਾਏ ਜਿੱਦਾਂ ਕਹਿੰਦੇ ਹੁੰਦੇ ਵੀ ਤੁਹਾਨੂੰ ਆਪ ਨੂੰ ਇਹ ਹੋਣਾ ਚਾਹੀਦਾ ਵੀ ਇਹ ਜੇ ਮੇਰੇ ਕੋਲੋਂ ਪੱਲਿਓ ਪੈ ਕੇ ਜਿਹੜਾ ਉਹ ਚੱਲ ਰਿਹਾ ਉਹਨੂੰ ਨਾ ਕਰੋ, ਉਸ ਚੀਜ਼ ਦੇ ਉੱਤੇ ਜਿਹੜਾ ਉਹ ਥੋੜ੍ਹੇ ਕਰੜੇ ਜਿਹੜਾ ਉਹ ਸਖ਼ਤ ਹੋਣ ਦੀ ਜ਼ਰੂਰਤ ਆ, ਉਸ ਚੀਜ਼ ਦੇ ਉੱਤੇ ਪਹਿਰਾ ਦੇਣ ਦੀ ਜ਼ਰੂਰਤ ਆ। ਜੇ ਭਾਈ ਜੇ ਪੱਲਿਓਂ ਪਾ ਕੇ ਜਿਹੜਾ ਲਾ ਕੇ ਆਉਣੇ ਆ, ਟਰੱਕ ਦੀ ਘਸਾਈ ਵੀ ਆ, ਟਾਈਮ ਵੀ ਲਾਉਣਾ ਆ, ਖਤਰੇ ਕਿੰਨੇ ਆ ਰੋਡ ਦੇ ਉੱਤੇ ਉਹ ਸਾਰਾ ਕੁਛ ਆ, ਅਤੇ ਫਿਰ ਵੀ ਉਸਦੇ ਬਾਵਜੂਦ ਜੇ ਪੱਲਿਓਂ ਪਾ ਕੇ ਕਰਨਾ ਆ ਤਾਂ ਫਿਰ ਉਹਦਾ ਫਾਇਦਾ ਨਹੀਂ, ਉਹਦੇ ਨਾਲ ਟਰੱਕ ਖੜ੍ਹਾ ਆ ਰਵੇ ਤਾਂ ਉਹ ਠੀਕ ਆ, ਉਹਨੇ ਚਾ ਇੱਦਾਂ ਫੀਲ ਆਪਾਂ ਨੂੰ ਇੱਦਾਂ ਹੁੰਦਾ ਵੀ ਚੱਕਾ ਘੁੰਮਦਾ ਆ, ਟਰੱਕ ਚੱਲਦਾ ਆ ਅਤੇ ਡੋਲਰ ਜਿਹੜੇ ਸ਼ਾਇਦ ਨਾਲ ਨਾਲ ਬਣਦੇ ਆ, ਪਰ ਜੇ ਤੁਹਾਡੀ ਜਿੰਨੀ ਉਹਦੇ ਵਿੱਚ ਲਾਗਤ ਆ ਉਸ ਤੋਂ ਘੱਟ ਤੁਹਾਨੂੰ ਪਰ ਮਾਈਲ ਦੇ ਹਿਸਾਬ ਨਾਲ ਮਿਲ ਰਿਹਾ ਤਾਂ ਫਿਰ ਤੁਹਾਨੂੰ ਉਹਦੇ ਵਿੱਚ ਨਹੀਂ ਜਾਣਾ ਚਾਹੀਦਾ, ਥੋੜ੍ਹਾ ਜਿਹਾ ਕਰੜੇ ਜਿਹੜਾ ਆਪਣੇ ਆਪ ਨੂੰ ਕਰਨਾ ਪੈਣਾ। ਬਿਲਕੁਲ, ਬਹੁਤ ਸਾਰੀਆਂ ਜਿਹੜੀਆਂ ਇੰਡਸਟਰੀਆਂ ਉਹਨਾਂ ਵੱਲ ਵੀ ਦੇਖਣਾ ਚਾਹੀਦਾ ਹੈਗਾ ਆ। ਆਪਣੇ ਦੇਖਿਆ ਹੋਣਾ ਕੈਨੇਡਾ ਦੇ ਵਿੱਚ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਰੇਲ ਵਰਕਰਸ ਨੇ ਉੱਥੇ ਸਟ੍ਰਾਈਕ ਕੀਤੀ ਸੀ ਤਾਂ ਫਿਰ ਗੌਰਮੈਂਟ ਨੂੰ ਝੁਕਣਾ ਪਿਆ। ਅੱਜ ਕੱਲ੍ਹ ਅਮਰੀਕਾ ਦੇ ਵਿੱਚ ਹੋਟਲ ਮੋਟਲ ਵਰਕਰਸ ਨੇ ਸਟ੍ਰਾਈਕ ਕੀਤੀ ਹੋਈ ਆ। ਕੋਲੰਬੀਆ ਦੇ ਵਿੱਚ ਜਿਹੜੇ ਟਰੱਕਰਸ ਆ ਉਹਨਾਂ ਨੇ ਪੂਰੇ ਹਾਈਵੇ ਬਲੋਕ ਕਰਤੇ। ਅੱਜ ਦੀ ਇਹ ABC ਦੀ ਮੇਨ ਨਿਊਜ਼ ਆ ਕਿਉਂਕਿ ਉੱਥੇ ਜਿਹੜੀ ਗੈਸ ਦੀ ਪ੍ਰਾਈਸਿਸ ਆ ਬਹੁਤ ਜ਼ਿਆਦਾ ਉੱਪਰ ਹੋ ਗਈ। ਜਿੰਨੇ ਹਾਈਵੇ ਆ ਉਹਨਾਂ ਨੇ ਬੋਗੋਟਾ ਕੋਲੰਬੀਆ ਤੋਂ ਖਬਰ ਆ ਰਹੀ ਆ ਹਜ਼ਾਰਾਂ ਦੇ ਕਰੀਬ, ਇੱਕ ਨਹੀਂ ਹਜ਼ਾਰਾਂ ਦੇ ਕਰੀਬ ਕਹਿੰਦੇ ਕੋਲੰਬੀਅਨ ਟਰੱਕਰਸ ਨੇ ਪੂਰੇ ਦਾ ਪੂਰੇ ਹਾਈਵੇ ਜਿਹੜੇ ਆ ਪੂਰੇ ਮੁਲਕ ਦੇ ਵਿੱਚ ਜਿਹੜੇ ਆ ਉਹ ਸ਼ਟ ਡਾਊਨ ਕਰ ਦਿੱਤੇ ਹੈਗੇ। ਉਹ ਗਵਰਨਮੈਂਟ ਨੂੰ ਕਹਿੰਦੇ ਆ ਵੀ ਜਿਹੜੇ ਡੀਜ਼ਲ ਫਿਊਲ ਸਬਸਿਡੀਜ਼ ਆ ਉਹਨਾਂ ਨੂੰ ਐਲੀਮੀਨੇਟ ਕੀਤਾ ਜਾਵੇ ਤੇ ਜਿਹੜੇ ਟਰੱਕਰਸ ਆ ਉਹਨਾਂ ਦੀ ਸਿਚੁਏਸ਼ਨ ਬੜੀ ਬੈਡ ਆ। ਉੱਥੇ 50 ਸੈਂਟ ਗੈਲਨ ਉੱਥੇ ਉਹਨਾਂ ਨੇ ਵਧਾ ਦਿੱਤਾ ਸੀ ਜਿਹਦੇ ਕਰਕੇ ਪੂਰੇ ਮੁਲਕ ਦੇ ਵਿੱਚ ਬੋਗੋਟਾ ਮੈਡਲਿਨ ਕਾਲੀ ਇਹ ਜਿਹੜੇ ਮੇਨ ਸ਼ਹਿਰ ਆ ਉਹਨਾਂ ਨੇ ਪੂਰੇ ਹਾਈਵੇ ਟਰੱਕਰਸ ਨੇ ਬੰਦ ਕਰ ਦਿੱਤੇ। ਓਂਕਾਰ ਸਿੰਘ ਜੀ ਜੁੜੇ ਨੇ ਆਪਣੇ ਨਾਲ। ਹਾਂਜੀ ਓਂਕਾਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਤੇ ਦੋਹਾਂ ਤੁਹਾਨੂੰ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਮੈਂ ਕਹਿਣਾ ਚਾਹੁੰਦਾ ਜੀ ਜਿਹੜੇ ਆਪਣੇ ਟਾਈ ਜੀ ਕਿੰਨੀ ਵਾਰੀ ਉਹ ਵਿਚਾਰੇ ਕਹਿ ਕੇ ਗਏ ਆ ਵੀ ਰੇਟ ਦਾ ਖਿਆਲ ਰੱਖਿਆ ਕਰੋ, ਪਰ ਮਿਲ ਸੁਣਦਾ ਨੀ ਕੋਈ ਹੈਗਾ ਜੀ। ਭਾਈ ਮੈਂ ਕਾਫੀ ਬਹੁਤ ਸਾਲਾਂ ਤੋਂ ਆਲਮੋਸਟ 20 ਸਾਲ ਤੋਂ ਵੱਧ 25 ਸਾਲ ਤੋਂ ਇਸ ਬਿਜ਼ਨਸ ਦੇ ਕੰਮ ਦੇ ਵਿੱਚ ਆ। ਪਹਿਲਾਂ ਇਹ ਕੰਮ ਨਹੀਂ ਸੀ ਹੁੰਦਾ ਹੈਗਾ ਬਈ ਬ੍ਰੋਕਰ ਜਿਹੜੇ ਆ ਨਾ ਇਹ ਆਪਣੇ ਬੰਦਿਆਂ ਨੇ ਭਾਜੀ ਇਹਨਾਂ ਨੂੰ ਸਿਖਾਇਆ ਸਾਰਾ ਕੁਛ। ਇਹ ਜਦੋਂ ਨਾ ਤੁਸੀਂ ਹੁਣ ਜਿੱਦਾਂ ਬਾਈ ਜੀ ਕਹਿੰਦੇ ਮੈਂ 4500 ਜਦੋਂ ਆਪਣੇ ਬੰਦੇ ਨੇ ਫੋਨ ਕਰਨਾ ਹਾਊ ਮਚ ਯੂ ਕਵਰ ਫੋਰ ਦਿਸ ਲੋਡ, ਉਹ ਕਹੇਗਾ ਮੈਂ 4500 ਆਈ ਕੈਨ ਡੂ 45-50। ਅਗਲੇ ਦਾ $250 ਤੁਸੀਂ ਆਪ ਹੀ ਉਹਨੂੰ ਕਹਿਣ ਡੇ ਹੋ ਹਨਾ, ਤੇ ਹਰ ਇੱਕ ਬੰਦਾ ਮੇਕ ਮਨੀ। ਪਰ ਫਿਰ ਵੀ ਚੰਗੇ ਬੰਦੇ ਹਲੇ ਵੀ ਹੈਗੇ ਬ੍ਰੋਕਰ ਹੈਗੇ ਉਹ ਕਹਿਣਗੇ ਨੋ ਵੀ ਅਸੀਂ ਆਲਰੇਡੀ ਕਵਰ ਕਰ ਲਿਆ ਹੈਗਾ। ਬਾਕੀ ਭਾਜੀ ਤੁਸੀਂ ਦੇਖਿਓ ਹੁਣ ਪਹਿਲਾਂ ਡੈਡ ਸਿਸਟਮ ਘੱਟ ਹੁੰਦਾ ਸੀ, ਹੁਣ ਤਕਰੀਬਨ ਘਰ ਘਰ ਚ ਹਰ ਇੱਕ ਟਰੱਕ ਤੇ ਵੀ ਡਾਟ ਯੂਜ ਕਰਦੇ ਆ DAT ਜਿਹੜੀ ਆ ਜੀ। ਮੈਂ ਕਈ ਵਾਰ ਦੇਖਿਆ ਜੀ ਲੋਡ ਇੱਥੋਂ ਕੈਲੀਫੋਰਨੀਆ ਤੋਂ ਮਤਲਬ ਸਵੇਰ ਨੂੰ ਪੋਸਟ ਹੁੰਦਾ ਆ $1.75 ਨੂੰ, ਹੁਣ ਮੇਰੇ ਵਰਗਾ ਕਹਿੰਦਾ ਯਾਰ $1.75 ਨੂੰ ਆਪੇ ਵਧਾਊਂਗਾ ਇਹਦਾ ਕਿਹੜਾ ਕਵਰ ਹੋਣਾ। ਭਾਜੀ ਉਹ ਦੂਜੀ ਵਾਰੀ ਪੋਸਟ ਨਹੀਂ ਹੁੰਦਾ, ਹਿਸਾਬ ਲਾ ਲਓ ਤੇ 1.75 ਤੋਂ ਨੂੰ ਚੱਕਣ ਵਾਲੇ ਬੈਠੇ ਆ ਜਾਣੀ 1.65 ਨੂੰ ਵੀ ਚੱਕਣ ਵਾਲੇ ਬੈਠੇ ਆ। ਇੱਕ ਬਾਈ ਜੀ ਮੈਂ ਸੋਰੀ ਟੂ ਸੇ ਮੈਂ ਮਤਲਬ ਗੁੱਸਾ ਗਾ ਨਾ ਬਾਈ, ਆਪਣੇ ਹਰਿਆਣੇ ਦੇ ਬਾਈਆਂ ਦੀ ਇੱਕ ਪੋਲਿਸੀ ਆ ਬਾਈ ਤੂੰ 500 ਗੇਰ ਕੇ ਉਠਾ ਲਓ, ਜੋ ਤੂੰ ਆਪਣੇ ਜੋ ਡਿਸਪੈਚਰ ਨੂੰ ਦੇਣਾ ਨਾ ਮਤਲਬ ਜਿਹੜਾ ਡਿਸਪੈਚਰ ਨੂੰ ਤੁਸੀਂ ਡਿਸਪੈਚ ਕਟਾਉਣੀ ਆ 500 ਗੇਰ ਕੇ ਉਠਾ ਲਓ, ਤੁਸੀਂ ਬ੍ਰੋਕਰ ਤੋਂ ਸਿੱਧਾ ਲੈ ਲਓ ਰੇਟ ਸਿੱਟ ਕੇ, ਤੁਸੀਂ ਤਾਂ ਲੈਣਾ ਇੱਕ ਲੋਡ ਵੀ ਸਾਰਿਆਂ ਲੋਡਾਂ ਦਾ ਤੁਹਾਨੂੰ ਬੇੜਾ ਬਿਠਾਲਦੇ ਹੋ ਹੈ ਨਾ।
ਮਤਲਬ ਗੁੱਸਾ ਨਾ ਕਰਨ, ਪਰ ਏਦਾਂ ਨਹੀਂ ਕਰਨਾ ਚਾਹੀਦਾ ਹੈਗਾ ਵੀ ਤੁਸੀਂ ਇੱਕ ਮਾਰਕੀਟ ਸਭ ਦੀ ਖਰਾਬ ਹੋ ਗੇਰ ਕੇ ਲੈ ਲਓ, ਮਾਰਕੀਟ ਸਭ ਦੀ ਖਰਾਬ ਹੋ ਜਾਂਦੀ ਹੈ ਜੀ, ਉਹ ਤਾਂ ਹੈ ਹੀ ਹੈ ਜੀ। ਹਾਂਜੀ ਮਤਲਬ ਏਦਾਂ ਨਹੀਂ ਕਰਨਾ ਚਾਹੀਦਾ, ਤਾਂ ਮਤਲਬ ਆਪਣਾ ਹੀ ਕੰਮ ਖਰਾਬ ਹੁੰਦਾ ਫਿਰ। ਹੁਣ ਅੱਜ ਤੋਂ 5-10 ਸਾਲ ਪਹਿਲਾਂ ਇਹ ਬਿਜ਼ਨਸ ਕਿੱਦਾਂ ਦਾ ਸੀਗਾ, ਓਨੈਸਟ ਸੀਗਾ, ਸਾਰਾ ਕੁਝ ਸੀਗਾ, ਹਰ ਇੱਕ ਬ੍ਰੋਕਰ ਦੀ ਜ਼ਬਾਨ ਹੁੰਦੀ, ਆਪਣੇ ਬੰਦਿਆਂ ਦੀ ਵੀ ਜ਼ਬਾਨ ਹੁੰਦੀ, ਜਿਹੜਾ ਬੰਦਾ ਹੁਣ ਸਾਰਾ ਕੁਝ ਇਸ ਵੇਲੇ ਮਿਕਸਡਅਪ ਹੋਇਆ ਪਿਆ। ਬੰਦਾ ਉੱਥੇ ਲੋਡ ਚੱਕਣ ਜਾਂਦਾ, ਮੂਹਰੇ ਕੋਈ ਹੋਰ ਟਰੱਕ ਖੜਾ ਹੁੰਦਾ, ਕਿਉਂ? ਕਿਉਂਕਿ ਅਸੀਂ ਲੋਡ ਰੇਟ ਸਿੱਟ ਕੇ ਲੈਣੇ ਆ। ਤੇ ਇੱਕ ਹੋਰ ਗੱਲ ਹੈ, ਜਿਹਨਾਂ ਕੋਲ ਜ਼ਿਆਦਾ ਟਰੱਕ ਆ ਉਹ ਕਹਿਣਗੇ ਵੀ ਚੱਲ ਹੁਣ $1.5 ਨੂੰ ਜਾ ਕਰੋ, ਸਾਡਾ ਡਰਾਈਵਰ ਬੈਠਾ ਘਰ, ਸਾਡਾ ਡਰਾਈਵਰ ਟਕਾ ਨਖਾਣ ਡਿਆ, ਕੁਛ ਨਾ ਕੋਈ ਲਿਆਊਂਗਾ, ਇੱਕ ਤੁਰੂੰਗਾ ਤਾਂ ਲਿਆਊਂਗਾ ਜੀ। ਪਰ ਮਤਲਬ ਇਹ ਨੁਕਸਾਨ ਤਾਂ ਹੈਗਾ ਹੀ ਆ, ਡਰਾਈਵਰ ਬੈਠਾ ਉਹਨੂੰ ਓਵਰਨਾਈਟ ਪੈਸੇ ਦੇ। ਹੁਣ ਈਸਟ ਦੇ ਵਿੱਚ ਇਸ ਵੇਲੇ ਇੰਨਾ ਮਾੜਾ ਹਾਲ ਆ, $2,200 ਨੂੰ ਲੋਕੀ ਕੈਲੀਫੋਰਨੀਆ ਲੋਡ ਲੈ ਕੇ ਭੱਜੇ ਆਉਂਦੇ ਆ, $2,000 ਨੂੰ ਡਰਾਈਵਰ ਬੈਠੇ ਉਹਨੂੰ $70 ਦੇ ਡੀਜ਼ਲ ਹੀ ਲੱਗ ਜਾਂਦਾ ਹੁਣ। ਹੋਰ ਮਤਲਬ ਇੰਡਸਟਰੀ ਦਾ ਇੰਨਾ ਬੇੜਾ ਬਿਠਾਇਆ ਪਿਆ, ਹੁਣ ਬ੍ਰੋਕਰ ਵੀ ਸਿਆਣੇ ਹੋ ਗਏ, ਅਗਲਾ ਕਹਿੰਦਾ ਸਾਨੂੰ ਟਰੱਕ ਮਿਲਦੇ ਆ, ਜਿਸ ਬੰਦੇ ਨੂੰ ਬਿਜ਼ਨਸ ਮਿਲਦਾ ਉਹਨੂੰ ਕੀ ਲੋੜ ਆ ਪੈਸੇ ਵਧਣ ਆਉਣ ਦੀ ਜੀ। ਜੀ ਥੈਂਕ ਯੂ ਕਹਿਣਾ ਸੀਗਾ ਜੀ। ਸੋ ਬਿਲਕੁਲ ਰਾਜਕਨ ਵੀ ਜੀ, ਫਰਸਟ੍ਰੇਸ਼ਨ ਤਾਂ ਬਹੁਤ ਵੱਡੀ ਆ ਜਿਹੜੇ ਟਰੱਕ ਓਨਰਸ ਹੈਗੇ ਆ, ਤੇ ਜੇ ਤੁਸੀਂ ਲੌਂਗ ਰਨ ਚ ਰਹਿਣਾ ਆ ਤੇ ਫੇਰ ਤੁਹਾਨੂੰ ਜਿਹੜਾ ਆ ਉਹੀ ਆ ਨਾ, ਜਿੱਦਾਂ ਰਮਨ ਹੋਣੀ ਵੀ ਕਹਿੰਦੇ ਹੁੰਦੇ ਬਹੁਤ ਵਾਰ ਬਈ, ਐਜੂਕੇਸ਼ਨ ਦੀ ਬਹੁਤ ਜ਼ਰੂਰੀ ਆ ਸਾਨੂੰ, ਸਾਰੀਆਂ ਜਿਹੜੀਆਂ ਕਲਾਸਿਸ, ਇਕੱਲਾ ਲਾਇਸੈਂਸ ਨਹੀਂ ਲੈਣਾ, ਅਕਾਊਂਟਿੰਗ, ਬਿਜ਼ਨਸ ਦੇ ਵਿੱਚ ਕੀ ਖਰਚਾ ਹੋਣਾ, ਸਾਰਾ ਕੁਛ ਹੋਣਾ ਚਾਹੀਦਾ। ਅਮਰੀਕਾ ਵਾਲਿਆਂ ਨੂੰ ਹੁਣ ਇੰਨੇ ਸਾਲਾਂ ਬਾਅਦ ਜਾ ਕੇ ਇਹਨਾਂ ਨੇ ਕਿਹਾ ਵੀ ਹਾਈ ਸਕੂਲ ਦੇ ਵਿੱਚ ਆਪਾਂ ਫਾਈਨੈਂਸ ਦੀਆਂ ਕਲਾਸਾਂ ਲਾਉਣੀਆਂ, ਕਿਉਂਕਿ ਤੁਸੀਂ ਆਮ ਦੇਖਦੇ ਹੋਣੇ ਬਹੁਤ ਸਾਰੇ ਜਿਹੜੇ ਅਮੈਰੀਕਨ ਆ ਉਹਨਾਂ ਨੂੰ ਫਾਈਨੈਂਸ ਦਾ ਨੌਲੇਜ ਹੀ ਨਹੀਂ ਹੈਗਾ, ਤੇ ਆਪਾਂ ਸਾਰੇ ਕਿਉਂਕਿ ਬਹੁਤੇ ਜਿਹੜੇ ਪੰਜਾਬ ਤੋਂ ਪੜ੍ਹ ਕੇ ਆਏ ਆ ਜਾਂ ਇੰਡੀਆ ਤੋਂ ਆਏ ਹੈਗੇ ਆ, ਉਹ ਸਾਰੇ ਤੇਜ਼ ਹੁੰਦੇ ਇਸੇ ਮਾਮਲੇ 'ਚ, ਹਿਸਾਬ ਕਿਤਾਬ ਦੇ ਮਾਮਲੇ 'ਚ। ਪਰ ਇਹ ਜ਼ਰੂਰੀ ਬਹੁਤ ਆ ਫਾਈਨੈਂਸ ਦਾ, ਸਾਰਾ ਕੁਛ ਬਿਜ਼ਨਸ ਦਾ ਇਨ ਐਂਡ ਆਊਟ, ਜੇ ਤੁਸੀਂ ਲੌਂਗ ਟਰਮ ਜਿਹੜਾ ਬਿਜ਼ਨਸ ਕਰਨਾ ਹੈਗਾ। ਜੀ ਬਿਲਕੁਲ। ਸੋ ਇਹਦੇ ਵਿੱਚ ਜਿਹੜਾ ਰਮਨ ਹੋਣੀ ਪਹਿਲਾਂ ਵੀ ਦੱਸ ਦਿੰਦੇ ਸੀ ਵੀ ਆਪਣੇ ਟਰੱਕ ਪੋਸਟ ਨਾ ਕਰਿਆ ਕਰੋ, ਜਦੋਂ ਉਹਨਾਂ ਨੂੰ ਅਵੇਲੇਬਿਲਟੀ ਦਿਸਦੀ ਆ ਉਹ ਫਿਰ ਹੋਰ ਡਾਊਨ ਜਿਹੜਾ ਉਸ ਦੇ ਵਿੱਚ ਪ੍ਰਾਈਸ ਨੂੰ ਜਿਹੜਾ ਸੁੱਟਣ ਦੀ ਕੋਸ਼ਿਸ਼ ਕਰਦੇ ਆ। ਸਮਾਰਟਨੈਸ ਜਿਹੜੀ ਆਪਾਂ ਇਸ ਦੇ ਵਿੱਚ ਜਿਹੜਾ ਉਹ ਵਰਤੀਏ, ਇੱਕ ਦੂਜੇ ਦਾ ਕੰਮ ਖਰਾਬ ਕਰਨ ਦੀ ਬਜਾਏ ਇੱਕ ਦੂਜੇ ਨੂੰ ਭਾਈ ਚੱਕਣ ਵਾਲੀ ਜਿਹੜੀ ਉਹ ਗੱਲ ਹੁੰਦੀ ਆ, ਸੋ ਇਹ ਜਿਹੜਾ ਜ਼ਰੂਰ ਜਿਹੜਾ ਧਿਆਨ ਆ ਇੱਕ ਦੂਜੇ ਦਾ, ਹੈਲਪ ਜਿਹੜੀ ਉਹ ਕਰੋ।